Hello students, I hope you are all very well. Today in this video we will discuss two very important topics. First is triangle of vector addition and second is parallelogram of vector addition. First of all we will discuss definition of the both law, then we will calculate resultant of these two vectors. So first of all we will discuss the definition of triangle of vector addition. So what is the definition? ਹੁਣ ਆਪਾਂ ਟ੍ਰੈਂਗਲ ਆ ਯੂਜ਼ ਕਦੋਂ ਕਰਦੇ ਆ ਆਪਾਂ ਠੀਕ ਹੈ ਟ੍ਰੈਂਗਲ ਆ ਕਦੋਂ ਯੂਜ਼ ਕਰਦੇ ਜੇ ਆਪਾਂ ਨੂੰ ਵੈਕਟਰ ਕਿਸੇ ਹੋਰ ਡਾਇਰੈਕਸ਼ਨ ਦੇ ਵਿੱਚ ਦਿੱਤੇ ਹੋ ਪਹਿਲਾਂ ਆਪਾਂ ਵੈਕਟਰ ਐਡੀਸ਼ਨ ਕੀਤੀ ਸੀ ਉਹਦੇ 'ਚ ਸੇਮ ਡਾਇਰੈਕਸ਼ਨ ਸੀਗੀ ਇਸ ਤਰ੍ਹਾਂ ਬਟ ਜੇ ਆਪਾਂ ਨੂੰ ਇਹ ਡਾਇਰੈਕਸ਼ਨ ਨਾ ਦਿੱਤੀ ਹੋਵੇ ਸਪੋਜ਼ ਕਰ ਲਓ ਵੈਕਟਰ ਆਪਾਂ ਨੂੰ ਇਸ ਫਾਰਮ ਦੇ ਵਿੱਚ ਦਿੱਤੇ ਆ ਡਿਫਰੈਂਟ ਐਂਗਲ ਦੇ ਉੱਤੇ ਠੀਕ ਹੈ ਡਿਫਰੈਂਟ ਡਾਇਰੈਕਸ਼ਨ ਦੇ ਉੱਤੇ ਉਸ ਵੇਲੇ ਆਪਾਂ ਯੂਜ਼ ਕਰਦੇ ਹਾਂ ਟ੍ਰੈਂਗਲ ਲਾ ਆਫ ਵੈਕਟਰ ਐਡੀਸ਼ਨ ਹੁਣ ਦੇਖੋ ਇਹਦੀ ਡੈਫੀਨੇਸ਼ਨ ਕੀ ਆ ਕਿ ਹੁਣ ਦੇਖੋ ਦੋ ਵੈਕਟਰ ਗਿਵਨ ਆਪਾਂ ਨੂੰ ਦੋ ਵੈਕਟਰ ਗਿਵਨ ਇਹਨਾਂ ਦੋਵਾਂ ਦੀ ਡਾਇਰੈਕਸ਼ਨ ਵੀ ਆ ਤੇ ਦੋਵਾਂ ਦਾ ਮੈਗਨੀਟਿਊਡ ਵੀ ਆ ਠੀਕ ਹੈ ਇਫ ਟੂ ਵੈਕਟਰਸ ਆਰ ਗਿਵਨ ਹੈਵਿੰਗ ਬੋਥ ਡਾਇਰੈਕਸ਼ਨ ਐਂਡ ਮੈਗਨੀਟਿਊਡ ਆਰ ਟੇਕਨ ਇਨ ਸੇਮ ਆਰਡਰ ਆਪਾਂ ਉਹਨਾਂ ਨੂੰ ਸੇਮ ਆਰਡਰ 'ਚ ਲੈਣਾ ਵਾ ਤੇ ਜਿਹੜਾ ਉਹਨਾਂ ਦਾ ਰਿਜ਼ਲਟੈਂਟ ਹੋਊਗਾ ਠੀਕ ਹੈ ਰਿਜ਼ਲਟੈਂਟ ਆਫ ਦੀਸ ਟੂ ਵੈਕਟਰ ਇਜ਼ ਆਪੋਜ਼ਿਟ ਆਰਡਰ ਠੀਕ ਹੈ ਜਦੋਂ ਆਪਾਂ ਇਹਨਾਂ ਨੂੰ ਐਡ ਕਰਾਂਗੇ ਜਿਹੜਾ ਇਹਨਾਂ ਦਾ ਰਿਜ਼ਲਟੈਂਟ ਹੋਊਗਾ ਉਹ ਕੀ ਹੋਊਗਾ ਇਹਨਾਂ ਤੋਂ ਆਪੋਜ਼ਿਟ ਆਰਡਰ ਦੇ ਵਿੱਚ ਹੋਊਗਾ ਹੁਣ ਦੇਖੋ ਕੀ ਆ ਸੇਮ ਤੇ ਡਿਫਰੈਂਟ ਆਰਡਰ ਸੇਮ ਆਰਡਰ ਆਪਾਂ ਉਦੋਂ ਕਵਾਂਗੇ ਜੇ ਕਿਸੇ ਵੈਕਟਰ ਦੀ ਠੀਕ ਹੈ ਜੇ ਕਿਸੇ ਵੈਕਟਰ ਦੀ ਹੈਡ ਜਾਂ ਟੇਲ ਠੀਕ ਹੈ ਆ ਹੈਡ ਆ ਕੀ ਆ ਟੇਲ ਹੈਡ ਤੇ ਟੇਲ ਕੋਇਨਸਾਈਡ ਹੋਣ ਠੀਕ ਹੈ ਦੇਖੋ ਇਸ ਵੈਕਟਰ ਦੀ ਟੇਲ ਆ ਇਹਦਾ ਕੀ ਆ ਹੈਡ ਆ ਜਦੋਂ ਇਸ ਤਰ੍ਹਾਂ ਹੈਡ ਟੇਲ ਕੋਇਨਸਾਈਡ ਹੁੰਦੇ ਆ ਉਸ ਨੂੰ ਆਪਾਂ ਕਹਿ ਦਿੰਦੇ ਆ ਸੇਮ ਆਰਡਰ ਜੇ ਹੈਡ ਹੈਡ ਜਾਂ ਟੇਲ ਟੇਲ ਕੋਇਨਸਾਈਡ ਹੋਣ ਇਸ ਤਰ੍ਹਾਂ ਉਸ ਵੇਲੇ ਉਹ ਆਰਡਰ ਕੀ ਹੁੰਦਾ ਆਪੋਜ਼ਿਟ ਆਰਡਰ ਠੀਕ ਹੈ ਇਹ ਡੈਫੀਨੇਸ਼ਨ ਹੈ ਦੀ ਕਿ ਜੇ ਆਪਣੇ ਕੋਲ ਦੋ ਵੈਕਟਰ ਠੀਕ ਹੈ ਦੋਵਾਂ ਦਾ ਮੈਗਨੀਟਿਊਡ ਡਾਇਰੈਕਸ਼ਨ ਹੋਵੇ ਉਹ ਸੇਮ ਆਰਡਰ ਦੇ ਵਿੱਚ ਹੋਣ ਦੈਨ ਜਿਹੜਾ ਉਹਨਾਂ ਦਾ ਰਿਜ਼ਲਟੈਂਟ ਹੋਊਗਾ ਉਹ ਕੀ ਹੋਊਗਾ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਦੇਖੋ ਕਿਸ ਤਰ੍ਹਾਂ ਜਦੋਂ ਆਪਾਂ ਇਹਨਾਂ ਨੂੰ ਐਡ ਇਸੇ ਤਰ੍ਹਾਂ ਐਡ ਕਰਦੇ ਆ p ਵੈਕਟਰ ਆਪਾਂ ਇਹਨੂੰ ਡਿਸਪਲੇਸ ਕਰ ਲਾਂਗੇ ਡਿਸਪਲੇਸ ਕਰਕੇ ਜਿਹੜੀ ਇਹਦੀ ਟੇਲ ਹੈ ਇਹਦੇ ਨਾਲ ਕੀ ਕਰ ਦਾਂਗੇ ਕੋਇਨਸਾਈਡ ਕਰ ਦਾਂਗੇ q ਵੈਕਟਰ ਠੀਕ ਹੈ ਇਹ ਹੁਣ ਸੇਮ ਆਰਡਰ ਬਣ ਗਏ ਨਾ ਦੇਖੋ ਹੈਡ ਟੇਲ ਮੈਚ ਹੋ ਗਏ ਡਾਇਰੈਕਸ਼ਨ ਸੇਮ ਹੀ ਰੱਖਣੀ ਆ ਆਪਾਂ ਹੁਣ ਜਿਹੜਾ ਇਹਨਾਂ ਦਾ ਰਿਜ਼ਲਟੈਂਟ ਹੋਊਗਾ ਰਿਜ਼ਲਟੈਂਟ ਆ ਜਿਹੜਾ ਉਹ ਆਪੋਜ਼ਿਟ ਸਾਈਡ ਹੋਊਗੀ ਠੀਕ ਆ ਆ ਵਾਲਾ ਰਿਜ਼ਲਟੈਂਟ ਹੈ ਇਹਦਾ ਆਰ ਦੇ ਨਾਲ ਡੀਨੋਟ ਕਰਾਂਗੇ ਆ ਦੇਖੋ ਟੇਲ ਟੇਲ ਹੈਡ ਹੈਡ ਮੈਚ ਹੋ ਗਿਆ ਨਾ ਇਹ ਕੀ ਹੋ ਗਿਆ ਆਪੋਜ਼ਿਟ ਆਰਡਰ ਠੀਕ ਆ ਇਹ ਡੈਫੀਨੇਸ਼ਨ ਆ ਰਿਜ਼ਲਟੈਂਟ ਇਕੁਅਲ ਹੁੰਦਾ ਵਾ ਆਰ ਇਕੁਅਲ ਟੂ ਪੀ ਪਲੱਸ ਕਿਊ ਠੀਕ ਆ ਇਹ ਸੀਗੀ ਸਿਰਫ ਡੈਫੀਨੇਸ਼ਨ ਕਿ ਜੇ ਦੋ ਵੈਕਟਰ ਆਪਾਂ ਨੂੰ ਗਿਵਨ ਆ ਸੇਮ ਆਰਡਰ ਦੇ ਵਿੱਚ ਆਪਾਂ ਉਹਨਾਂ ਨੂੰ ਐਡ ਕੀਤਾ ਵਾ ਤਾਂ ਜਿਹੜਾ ਉਹਨਾਂ ਦਾ ਰਿਜ਼ਲਟੈਂਟ ਹੋਊਗਾ ਉਹ ਕੀ ਹੋਊਗਾ ਆਪੋਜ਼ਿਟ ਆਰਡਰ ਦੇ ਵਿੱਚ ਇਹ ਤਾਂ ਸੀਗਾ ਆਪਣੇ ਕੋਲ ਟ੍ਰੈਂਗਲ ਲਾ ਹੁਣ ਆਪਣੇ ਕੋਲ ਨੈਕਸਟ ਆ ਜਾਂਦਾ ਵਾ ਪੈਰਲੋਗ੍ਰਾਮ ਲਾ ਹੁਣ ਪੈਰਲੋਗ੍ਰਾਮ ਲਾ ਦੇ ਵਿੱਚ ਕੀ ਹੋਊਗਾ ਪੈਰਲੋਗ੍ਰਾਮ ਲਾ ਦੇ ਵਿੱਚ ਕੀ ਹੋਊਗਾ ਆਪਾਂ ਨੂੰ ਸਾਰਿਆਂ ਨੂੰ ਪਤਾ ਦੇਖੋ ਪੈਰਲਰ ਉਹ ਪੈਰਲੋਗ੍ਰਾਮ ਕਿਸ ਤਰ੍ਹਾਂ ਦੀ ਹੁੰਦੀ ਆ ਜਿਹਦੀਆਂ ਆਪੋਜ਼ਿਟ ਸਾਈਡ ਕੀ ਹੁੰਦੀਆਂ ਵਾ ਪੈਰਲਰ ਹੋਣ ਠੀਕ ਹੈ ਇਹ ਪੈਰਲੋਗ੍ਰਾਮ ਲਾ ਵਾ ਆ ਇਹਨਾਂ ਦੇ ਡਾਇਗਨਲ ਹੁੰਦੇ ਆ ਹੁਣ ਪੈਰਲੋਗ੍ਰਾਮ ਲਾ ਦੇ ਵਿੱਚ ਕੀ ਆ ਆਪਾਂ ਟ੍ਰੈਂਗਲ ਲਾ ਦੇ ਵਿੱਚ ਤਾਂ ਸੇਮ ਆਰਡਰ ਚ ਐਡ ਕਰਤੇ ਆਪੋਜ਼ਿਟ ਆਰਡਰ ਵੀ ਤਾਂ ਹੋ ਸਕਦਾ ਵਾ ਹੁਣ ਉਸ ਕੇਸ ਦੇ ਵਿੱਚ ਆਪਾਂ ਪੈਰਲੋਗ੍ਰਾਮ ਲਾ ਯੂਜ਼ ਕਰਦੇ ਆ ਹੁਣ ਦੇਖੋ ਕੀ ਆ ਪੈਰਲੋਗ੍ਰਾਮ ਲਾ ਕਿ ਇਫ ਟੂ ਵੈਕਟਰਸ ਆਰ ਗਿਵਨ ਇਨ ਮੈਗਨੀਟਿਊਡ ਐਂਡ ਡਾਇਰੈਕਸ਼ਨ ਐਂਡ ਰੀਪ੍ਰੈਜ਼ੈਂਟ ਐਡਜੈਸੈਂਟ ਸਾਈਡ ਆਫ ਪੈਰਲੋਗ੍ਰਾਮ ਐਡਜੈਸੈਂਟ ਸਾਈਡ ਕਿਹੜੀਆਂ ਹੁੰਦੀਆਂ ਦੇਖੋ ਆ ਪੈਰਲੋਗ੍ਰਾਮ ਆਪਣੇ ਕੋਲ ਆ ਵਾਲੀਆਂ ਐਡਜੈਸੈਂਟ ਸਾਈਡ ਆ ਜਿਹੜੀਆਂ ਨਾਲ ਲੱਗਦੀਆਂ ਆ ਐਡਜੈਸੈਂਟ ਹੋ ਗਈਆਂ ਆ ਵਾਲੀਆਂ ਐਡਜੈਸੈਂਟ ਸਾਈਡ ਆ ਤੇ ਆ ਵਾਲੀ ਤੇ ਆ ਵਾਲੀ ਐਡਜੈਸੈਂਟ ਸਾਈਡ ਆ ਹੁਣ ਇਸ ਤਰ੍ਹਾਂ ਜੇ ਦੋ ਵੈਕਟਰ ਆਪਾਂ ਨੂੰ ਕਿਸੇ ਪੈਰਲੋਗ੍ਰਾਮ ਦੀਆਂ ਐਡਜੈਸੈਂਟ ਸਾਈਡ ਨੂੰ ਰੀਪ੍ਰੈਜ਼ੈਂਟ ਕਰਦੇ ਹੋਣ ਆ ਪੈਰਲੋਗ੍ਰਾਮ ਸੀ ਨਾ ਆਪਣੇ ਕੋਲ ਸਪੋਜ਼ ਕਰ ਲਓ ਆ ਦੋ ਵੈਕਟਰ ਆਪਣੇ ਕੋਲ ਠੀਕ ਆ ਇਹ ਦੋ ਵੈਕਟਰ ਆ ਆਪਣੇ ਕੋਲ ਇਹ ਕੀ ਆ ਰਹੀਆਂ ਐਡਜੈਸੈਂਟ ਸਾਈਡ ਜੇ ਇਸ ਫਾਰਮ ਦੇ ਵਿੱਚ ਆਪਾਂ ਨੂੰ ਵੈਕਟਰ ਗਿਵਨ ਹੋਣ
ऑर्डर तो ऑपोजिट है, फिर की होगा देखो, फिर जिहड़ा इन्हां दा रिजल्टेंट होगा वो हमेशा ही डायगनल दे अलोंग होगा, p वेक्टर q वेक्टर आ, ठीक है, इहदे पैरेलल आपां वेक्टर ड्रॉ कर लांगे, इस दे पैरेलल वेक्टर ड्रॉ कर लोगे, पैरेललोग्राम बन गई ना, ठीक है, ये अपने कोल की आ पैरेललोग्राम ला, इहदी डेफिनेशन की होगी देखो कि जे दो वेक्टर आपां नूं किसी पैरेललोग्राम दीआं एडजेसेंट साइड नूं रिप्रेजेंट करन, फिर जिहड़ा उहनां दा रिजल्टेंट होगा वो की होगा along the direction of diagonal, ठीक है, मतलब वो parallelogram दी direction diagonal दी direction दे along होगा, ठीक है, इसलिए अपने को दो law triangle लाते parallelogram दा resultant same दोनों का sum होगा p plus q, ठीक है, ये दोनों ने definition ही हले अपन discuss की थी है, और अपन की करेंगे, और अपन इन्हा parallelogram ते ਜਿਹੜਾ ਟ੍ਰਾਇੰਗਲ ਵਾਲਾ, ਠੀਕ ਆ, ਦੋਵਾਂ ਦੀ ਜਿਹੜਾ ਰਿਜ਼ਲਟੈਂਟ ਦਾ ਕੈਲਕੂਲੇਸ਼ਨ ਸੇਮ ਆ, ਆਪਾਂ ਇੱਕ ਦੀ ਕੈਲਕੂਲੇਸ਼ਨ ਕਰਾਂਗੇ, ਇਸੇ ਦੀ ਕਰ ਲੈਂਦੇ ਆ ਪੈਰਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ ਤੇ, ਠੀਕ ਆ, ਦੇਖੋ ਇਸ ਨੂੰ ਆਪਾਂ ਜਿਹੜਾ ਰਿਜ਼ਲਟੈਂਟ ਡਰਾਈਵ ਕਰਨਾ ਉਹਨੂੰ ਡਰਾਈਵ ਕਰਾਂਗੇ ਆਪਾਂ ਬਾਏ ਐਨਾਲਿਟੀਕਲ ਮੈਥਡ, ਇਸ ਮੈਥਡ ਦੇ ਨਾਲ ਡਰਾਈਵ ਕਰਾਂਗੇ, ठीक है, ये रिजल्टेंट ਲਈ ਰਿਲੇਸ਼ਨ ਡਰਾਈਵ ਕਰਨ ਲੱਗੇ ਆ, ਠੀਕ ਆ, ਉਹਦੇ ਲਈ ਆਪਾਂ ਐਨਾਲਿਟੀਕਲ ਮੈਥਡ ਯੂਜ਼ ਕਰਾਂਗੇ, ਹੁਣ ਸਾਰਿਆਂ ਨਾਲੋਂ ਪਹਿਲਾਂ ਡਾਇਗ੍ਰਾਮ ਡਰਾ ਕਰਾਂਗੇ ਆਪਾਂ, ਕੀ ਸੀਗੀ ਆਪਣੇ ਕੋਲ ਡਾਇਗ੍ਰਾਮ, p ਵੈਕਟਰ q ਵੈਕਟਰ, ਇਸ ਗਿਆ ਪੈਰਲੋਗ੍ਰਾਮ ਦੀਆਂ ਐਡਜੇਸੈਂਟ ਸਾਈਡ, ਉਸ ਤੋਂ ਬਾਅਦ ਆਪਾਂ ਕੀ ਕਿਹਾ ਸੀਗਾ ਇਸ ਨੂੰ ਆਪਾਂ o ਦਾ ਨਾਮ ਦੇ ਦਿੰਦੇ ਆ, ਠੀਕ ਆ, ਇਸ ਪੁਆਇੰਟ ਨੂੰ ਆਪਾਂ ਕੀ ਕਿਹਾ ਜਿਹੜਾ ਇਹਨਾਂ ਦਾ ਡਾਇਗਨਲ ਹੋਊਗਾ ਉਹ ਰਿਜ਼ਲਟੈਂਟ ਹੋਊਗਾ ਉਹ ਕੀ ਹੋਊਗਾ ਡਾਇਗਨਲ ਦੇ ਅਲੋਂਗ, ਇਸ ਤਰ੍ਹਾਂ ਇਹ ਆਪਣੇ ਕੋਲ ਕੀ ਬਣ ਗਿਆ ਰਿਜ਼ਲਟੈਂਟ ਬਣ ਗਿਆ, ਇਹਦੇ ਪੈਰਲਰ ਤੁਸੀਂ ਕੀ ਕਰੋਗੇ, ਹਾਂ ਦੋਵਾਂ ਦੇ ਪੈਰਲਰ ਆਪਾਂ ਵੈਕਟਰ, ਇਸ ਦੇ ਪੈਰਲਰ ਵੈਕਟਰ ਡਰਾ ਕਰ ਲਿਆ ਤੇ ਇਸ ਦੇ ਪੈਰਲਰ ਆਪਾਂ ਵੈਕਟਰ ਡਰਾ ਕਰ ਲਿਆ, ਪੈਰਲੋਗ੍ਰਾਮ ਬਣ ਗਈ, ਇਸ ਰਿਜ਼ਲਟੈਂਟ ਦਾ ਇਸ ਵੈਕਟਰ ਦੇ ਨਾਲ ਇਸ ਰਿਜ਼ਲਟੈਂਟ ਦਾ ਜਿਹੜਾ ਐਂਗਲ ਆ ਉਹ ਆਪਾਂ ਅਲਫਾ ਕੰਸੀਡਰ ਕਰ ਲੈਂਦੇ ਆ, ਠੀਕ ਆ, ਹੁਣ ਦੇਖੋ ਕੈਲਕੂਲੇਸ਼ਨ ਕਰਨ ਦੇ ਲਈ ਆਪਾਂ ਕੀ ਕਰਨਾ ਵਾ, ਆਪਾਂ ਇੱਥੋਂ ਇੱਕ ਪਰਪੈਂਡੀਕੂਲਰ ਡਰਾ ਕਰਾਂਗੇ, ਠੀਕ ਆ, ਪਰਪੈਂਡੀਕੂਲਰ 90 ਡਿਗਰੀ ਦਾ ਐਂਗਲ ਬਣਾਊਗਾ, ਇਸ ਪੁਆਇੰਟ ਨੂੰ ਆਪਾਂ A ਦਾ ਨਾਮ ਦੇ ਦਿੰਦੇ ਆ, ਇਸ ਨੂੰ ਆਪਾਂ B ਦਾ ਨਾਮ ਦੇ ਦਿੰਦੇ ਆ ਤੇ ਆਹ ਵਾਲਾ ਆਪਣਾ ਪੁਆਇੰਟ C ਕੰਸੀਡਰ ਕਰ ਲੈਂਦੇ, ਠੀਕ ਆ, ਕੋਈ ਵੀ ਪੁਆਇੰਟ ਕੰਸੀਡਰ ਕਰ ਸਕਦੇ ਆ, ਉਹ ਇਸ ਪੁਆਇੰਟ ਨੂੰ A ਦਾ ਨਾਮ ਦੇਤਾ, ਇਸ ਨੂੰ C ਦਾ, ਇਸ ਨੂੰ B ਦਾ, ਹੁਣ ਦੇਖੋ ਆ ਦੋਵੇਂ ਸਾਈਡ ਪੈਰਲਲ ਆ, ਜੇ ਪੈਰਲਲ ਸਾਈਡ ਆ ਠੀਕ ਆ ਸੇਮ ਹੀ ਹੋਣਗੇ, ਮਤਲਬ ਜੇ A Q ਵੈਕਟਰ ਆ ਵੀ ਕਿੰਨਾ ਹੋ ਗਿਆ Q, ਆਹ ਵਾਲਾ ਜਿਹੜਾ ਐਂਗਲ ਆ ਉਹ ਆਪਾਂ ਕੰਸੀਡਰ ਕਰ ਲੈਂਦੇ ਆ ਥੀਟਾ, ਇਹ ਅਲਫਾ ਸੀਗਾ ਆ ਕਿੰਨਾ ਮੰਨ ਲਿਆ ਆਪਾਂ ਥੀਟਾ, ਡਾਇਗ੍ਰਾਮ ਸਮਝ ਲੱਗ ਗਈ, ਪਹਿਲਾਂ ਆਪਾਂ ਕੀ ਕੀਤਾ ਦੇਖੋ ਦੋ ਵੈਕਟਰ ਕੰਸੀਡਰ ਕੀਤੇ ਜਿਹੜੇ ਗਿਵਨ ਆਪਾਂ ਨੂੰ, ਠੀਕ ਆ, ਫਿਰ ਉਹਨਾਂ ਦਾ ਰਿਜ਼ਲਟੈਂਟ ਆਪਾਂ ਨੂੰ ਪਤਾ ਡੈਫੀਨੇਸ਼ਨ ਤੇ ਕੀ ਕਿਹਾ ਆਪਾਂ ਕਿ ਅਲੋਂਗ ਦਾ ਡਾਇਰੈਕਸ਼ਨ ਆਫ ਡਾਇਗਨਲ ਹੋਊਗਾ, ਉਸ ਤੋਂ ਬਾਅਦ ਆਪਾਂ ਇਸ ਦੇ ਪੈਰਲਲ ਵੈਕਟਰ ਡਰਾ ਕੀਤਾ, ਫਿਰ ਇਸ ਦੇ, ਇਹ ਪੈਰਲੋਗ੍ਰਾਮ ਬਣ ਗਈ ਸੀ ਆਪਣੇ ਕੋਲ ਸਾਰੀ, ਫਿਰ ਆਪਾਂ ਇੱਕ ਪਰਪੈਂਡੀਕੂਲਰ ਡਰਾ ਕੀਤਾ, ਠੀਕ ਆ, ਪੁਆਇੰਟਾਂ ਨੂੰ ਨੇਮਿੰਗ ਕਰਤੀ ਆਪਾਂ ਤੇ ਆ ਐਂਗਲ ਕਿੰਨਾ ਸੀ ਥੀਟਾ, ਹੁਣ ਸਿੰਪਲ ਆਪਾਂ ਕੀ ਕਰਨਾ ਵਾ ਇਸ ਦੇ ਉੱਤੇ ਪਾਇਥਾਗੋਰਸ ਥਿਓਰਮ ਅਪਲਾਈ ਕਰਨੀ ਹੈ, ਠੀਕ ਆ, ਆਪਾਂ ਕੀ ਕਰਾਂਗੇ ਇੱਕ ਆ ਵਾਲੀ ਟ੍ਰਾਇੰਗਲ ਕੰਸੀਡਰ ਕਰਨ ਲੱਗੇ ਆ, ਟ੍ਰਾਇੰਗਲ OBC, ਰਾਈਟ ਐਂਗਲ ਟ੍ਰਾਇੰਗਲ ਬਣ ਗਈ ਨਾ ਦੇਖੋ ਆ ਵਾਲੀ, ਆ ਸਾਰੀ ਇਹ ਰਾਈਟ ਐਂਗਲ ਟ੍ਰਾਇੰਗਲ ਆ ਜਿਹੜੀ, ਇਸ ਨੂੰ ਆਪਾਂ ਕੰਸੀਡਰ ਕਰਾਂਗੇ ਤੇ ਸਿੰਪਲ ਇਹਦੇ ਉੱਤੇ ਅਪਲਾਈ ਕਰਨੀ ਆ ਪਾਇਥਾਗੋਰਸ ਥਿਓਰਮ, ਠੀਕ ਆ, ਦੇਖੋ ਕੀ ਬਣ ਜਾਊਗਾ ਆਪਣੇ ਕੋਲ ਫਰੋਮ राइट एंगल ट्रेंगल केड़ी है ये ओ बी सी, ठीक है, पाइथागोरस थ्योरम अपन नु की कहंदे आ हाइपोटेन्यूज दा स्क्वायर इक्वल टू बेस दा स्क्वायर प्लस परपेंडिकुलर दा स्क्वायर, हाइपोटेन्यूज किन्ना वा ओ बी स्क्वायर, बेस ओ सी स्क्वायर,
plus perpendicular कितना BC square, OB square equal to OC, देखो OC, OC को अपन divide कर सकते हैं, देखो किधर किधर सामा OA plus AC, ठीक है, अपने को ला OA OC है ना, एक ही अपने को OA एनो अपन लिखना के OA plus AC, दो वाला सामा हो गया, OA plus AC आनी को ला whole square OC पे ना plus BC ना whole square, और देखो OB की अपने को OB है जो अपने को R वेक्टर है, और देखो OA की वैल्यू भी पता अपन को, OA कितना है A वेक्टर ते AB ये पैरेलल ही है, AB को अपन कितना कंसीडर किया जितनी आ वा कितना हो गया है AB इक्वल टू कितना बन गया है Q वेक्टर, ठीक है, हाँ सॉरी P सिखा OA P वेक्टर है, हम देखो अपने को किधी किधी वैल्यू है नहीं, एक तो अपने कोल एस BC की वैल्यू है नहीं, देखो BC है नहीं अपने को, उस तो बाद अपने को जो भी वैल्यू है वो किधी है नहीं AC की, ये दो वैल्यू आपका कैलकुलेट कर लिया हम, इसनो आपका पहला वैल्यू पुट कर देते हैं R वेक्टर ਇਹਦਾ ਮੈਗਨੀਟਿਊਡ ਕਰਤਾ ਕਿਉਂਕਿ ਜਦੋਂ ਆਪਾਂ ਕਿਸੇ ਵੈਕਟਰ ਦਾ ਮੈਗਨੀਟਿਊਡ ਕਰਦੇ ਨੇ ਸਕੇਲਰ ਹੀ ਬਣ ਜਾਂਦਾ ਵਾ, ਠੀਕ ਹੈ, ਇਹਦਾ ਹੋਲ ਸਕੇਅਰ ਇਕੁਅਲ ਟੂ ਉਹ ਏ ਕਿੰਨਾ ਵਾ p ਵੈਕਟਰ ਇਹਦਾ ਹੀ ਮੈਗਨੀਟਿਊਡ ਪਲੱਸ ac ਕੈਲਕੂਲੇਟ ਕਰਨਾ ਆਪਾਂ ਪਲੱਸ bc ਇਹ ਵੀ ਆਪਾਂ ਕੀ ਕਰਨਾ ਕੈਲਕੂਲੇਟ, ਹੁਣ ਦੇਖੋ ਆਹ ਵਾਲੀਆਂ ਜਿਹੜੀਆਂ ਵੈਲਿਊਜ਼ ਆ ਉਹ ਆਪਾਂ ਆਹ ਵਾਲੀ ਟ੍ਰਾਇੰਗਲ ਤੋਂ ਕੈਲਕੂਲੇਟ ਕਰਦੇ ਆ, ਕਿਹੜੀ ਹੈ ਟ੍ਰਾਇੰਗਲ A, B, C from right angle triangle ਕਿਹੜੀ ਹੈ A, B, C ਇਸ ਨੂੰ ਇਕੁਏਸ਼ਨ 1 ਦਾ ਨਾਮ ਦੇ ਦੇਣਾ ਆਪਾਂ, ਹੁਣ ਇਹਦੇ ਤੇ ਸਿੰਪਲ ਆਪਾਂ ਫਾਰਮੂਲਾ ਅਪਲਾਈ ਕਰਾਂਗੇ ਜਿਹੜਾ cos ਆਪਾਂ sin ਜਾਂ tan ਪੁਆਇੰਟ ਕਰਨ ਦੇ ਲਈ ਕਰਦੇ ਆ ਪੰਡਿਤ ਬੱਦਰੀ ਪ੍ਰਸ਼ਾਦ ਵਾਲਾ, ਠੀਕ ਹੈ, ਉਹ ਫਾਰਮੂਲਾ ਦੇਖੋ ਕੀ ਹੈ cos थीटा की ਹੁੰਦਾ ਵਾ, cos थीटा ਕੀ ਹੁੰਦਾ ਵਾ ਬੇਸ ਓਵਰ ਹਾਈਪੋਟੈਨਿਊਸ, ਠੀਕ ਹੈ, ਆ ਫਾਰਮੂਲਾ ਹੁੰਦਾ ਪੰਡਿਤ ਬੱਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ, ਠੀਕ ਹੈ, ਬੇਸ ਓਵਰ ਹਾਈਪੋਟੈਨਿਊਸ ਕੀ ਹੋ ਗਿਆ cos, ਬੇਸ ਕੀ ਹੈ ਇਹ ਆ ਵਾਲੀ ਟ੍ਰਾਇੰਗਲ ਦੀ ਗੱਲ ਕਰਦੇ ਪਏ ਹਾਂ ਆਪਾਂ, ਕਿੰਨਾ ਵਾ AC ਓਵਰ ਹਾਈਪੋਟੈਨਿਊਸ AB, ਠੀਕ ਹੈ, ਤੇ ਆਪਾਂ ਨੂੰ ਵੈਲਿਊ ਚਾਹੀਦੀ ਆ AC ਦੀ, ਕਿੰਨਾ ਆਊਗਾ AC ਇਕੁਅਲ ਟੂ AB cos theta, AC ਦੀ ਵੈਲਿਊ ਕਿੰਨੀ ਆ ਗਈ, AB ਕਿੰਨਾ ਦੇਖੋ AB ਕਿੰਨਾ Q, ਇਹਦਾ ਮੈਗਨੀਟਿਊਡ ਕਰ ਦੋ cos theta, AC ਦੀ ਵੈਲਿਊ ਮਿਲ ਗਈ ਆਪਾਂ ਨੂੰ, ਇਸੇ ਤਰ੍ਹਾਂ ਆਪਾਂ ਫਾਈਂਡ ਕਰਨਾ ਹੁੰਦਾ ਕਿਹੜਾ BC, ਉਹਦੇ ਲਈ ਆਪਾਂ ਕੰਸੀਡਰ ਕਰਾਂਗੇ sin थीटा इक्वल टू sin की हो गया देखो परपेंडिकुलर ओवर हाइपोटेन्यूज, आ परपेंडिकुलर BC ओवर कितना वा देखो BC ओवर हाइपोटेन्यूज कितना वा फिर होगी AB, BC की वैल्यू कितनी आ गई BC इक्वल टू AB sin थीटा, ठीक है, हुण अपने कोल BC कितना आ गया AB की वैल्यू फिर पुट कर दो कितनी है AB ਕਿੰਨਾ ਆਪਣੇ ਕੋਲ Q ਮੈਗਨੀਟਿਊਡ sin थीटा, ਦੋਵੇਂ ਵੈਲਿਊਜ਼ ਆਪਾਂ ਕੈਲਕੂਲੇਟ ਕਰ ਲਈਆਂ ਦੇਖੋ AC ਦੀ ਵੀ ਤੇ ਕਿਹਦੀ BC ਦੀ ਵੀ, ਹੁਣ ਇਸ ਇਕੁਏਸ਼ਨ 1 ਤੇ ਪੁੱਟ ਕਰ ਦਾਂਗੇ ਆਪਾਂ, ਠੀਕ ਹੈ, ਦੇਖੋ ਕੀ ਬਣ ਜੂਗਾ ਆਪਣੇ ਕੋਲ ਜਦੋਂ ਇਕੁਏਸ਼ਨ 1 ਦੇ ਵਿੱਚ ਪੁੱਟ ਕਰਾਂਗੇ ਕੀ ਬਣ ਜੂਗਾ, ਇਕੁਏਸ਼ਨ 1 ਚ ਪੁੱਟ ਕਰਨ ਦੇ ਲਈ r ਦੀ ਮੈਗਨੀਟਿਊਡ, ਠੀਕ ਹੈ, ਵੈਕਟਰ ਦਾ ਮੈਗਨੀਟਿਊਡ ਕਰਾਂਗੇ ਉਹ ਸਕੇਲਰ ਹੀ ਬਣ ਜੂ, ਇਸ ਕਰਕੇ ਸਿੰਪਲ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਆ r ਸਕੇਅਰ p ਮੈਗਨੀਟਿਊਡ ਆ ਵੈਕਟਰ ਦਾ, ਇਸ ਨੂੰ ਸਿੰਪਲ p ਲਿਖ ਸਕਦੇ ਆ ਆਪਾਂ, ac ac ਕਿੰਨਾ ਵਾ ਦੇਖੋ q cos थीटा, ਠੀਕ ਹੈ ਨਾ, ਮੈਂ q ਲਿਖਣ ਲੱਗਾ ਸਿੰਪਲ ਕਿਉਂਕਿ ਮੈਗਨੀਟਿਊਡ ਹੈ ਇਹਦਾ ਵੀ q cos थीटा, ਇਹਦਾ ਸਾਰੇ ਦਾ ਹੋਲ ਸਕੇਅਰ ਸੀਗਾ plus bc, BC ਕਿੰਨਾ ਵਾ BC equal to Q sin theta,
ਤੇ ਆ ਰੱਖਣਾ ਦਾ ਸਕੁਅਰ ਵੀ ਹੈ ਕੀ ਬਣ ਜਾਊਗਾ ਇਹ q ਸਕੁਅਰ sin ਸਕੁਅਰ ਥੀਟਾ ਬ੍ਰੈਕਟ ਖੋਲੋ ਬ੍ਰੈਕਟ ਤੋਂ ਬਾਅਦ ਕੀ ਬਣ ਜਾਊਗਾ a plus b ਦਾ ਹੋਲ ਸਕੁਅਰ ਸਾਰਿਆਂ ਨੂੰ ਫਾਰਮੂਲਾ ਪਤਾ a ਸਕੁਅਰ plus b ਸਕੁਅਰ plus 2ab ਠੀਕ ਹੈ ਇਹ ਇਹਨੂੰ a ਕੰਸੀਡਰ ਕਰ ਲਓ ਸਾਰੇ ਨੂੰ b p ਸਕੁਅਰ plus q ਸਕੁਅਰ cos ਸਕੁਅਰ ਥੀਟਾ plus 2ab 2pq cos थीटा आओ उसी तरह लिखेंगे अपन प्लस q स्क्वायर sin स्क्वायर थीटा और देखो इस तो बाद की करना अपन सिंपल p स्क्वायर इन दोनों के विच कॉमन की है q स्क्वायर कॉमन है ठीक है दोनों के विचो q स्क्वायर कॉमन है कितना रह गया इथे cos स्क्वायर थीटा बच गया प्लस इथे की बच जाऊगा sin स्क्वायर थीटा प्लस या इसे तरह ही लिखेंगे अपन 2pq cos थीटा प्लस 2pq cos थीटा वो इसे तरह ही लिखेंगे अपन cos स्क्वायर प्लस sin स्क्वायर थीटा कितना होता है 1 होता है कितना बच गया अपने को r स्क्वायर इक्वल टू p स्क्वायर प्लस q स्क्वायर इनटू अब 1 बन गया q स्क्वायर ही रहेगा प्लस आ एज इट इज 2pq cos थीटा ठीक है उस तो बाद स्क्वायर जे हटाओगे की करोगे अंडर रूट कर दो अंडर रूट करने तो बाद अपने को आ जेड़ा फार्मूला कीदा बन जाऊगा रिजल्टेंट का ठीक है ये अपने को की आ गया रिजल्टेंट ऑफ कीदा पैरेललोग्राम का समझ लगी ਆਪਾਂ ਸਿੰਪਲ ਕੀ ਕਰਨਾ ਸ਼ੁਰੂ ਦੇ ਵਿੱਚ ਸਟਾਰਟਿੰਗ ਤੇ ਆਪਾਂ ਸਾਰੀ ਦੀ ਸਾਰੀ ਟ੍ਰਾਇੰਗਲ ਕੰਸੀਡਰ ਕੀਤੀ ਸੀ ਇਹਦੇ ਉੱਤੇ ਪਾਇਥਾਗੋਰਸ ਥਿਰਮ ਲਈ ਉਸ ਤੋਂ ਬਾਅਦ ਜਿਹੜੇ ਵੈਕਟਰ ਆਪਾਂ ਨੂੰ ਨਹੀਂ ਪਤਾ ਸੀ ਆਪਾਂ ਆ ਵਾਲੀ ਟ੍ਰਾਇੰਗਲ ਤੋਂ ਕੰਸੀਡਰ ਕਰ ਲਏ A B C ਤੋਂ ਠੀਕ ਹੈ ਉਸ ਤੋਂ ਬਾਅਦ ਵੈਲਿਊ ਪੁੱਟ ਕਰਕੇ ਆਪਾਂ ਉਹਦਾ ਰਿਜ਼ਲਟੈਂਟ ਪੁਆਇੰਟ ਕਰ ਲਿਆ ਹੁਣ ਆਪਾਂ ਗੱਲ ਕਰਦੇ ਸੀ ਟ੍ਰਾਇੰਗਲ ਲਾ ਦੀ ਟ੍ਰਾਇੰਗਲ ਲਾ ਵੀ ਬਿਲਕੁਲ ਸੇਮ ਆ ਠੀਕ ਹੈ ਕੋਈ ਡਿਫਰੈਂਸ ਨਹੀਂ ਉਹਦੇ ਵਿੱਚ ਟ੍ਰਾਇੰਗਲ ਲਾ ਦੇ ਵਿੱਚ ਸਿੰਪਲ ਕੀ ਹੋਣਾ ਦੇਖੋ अपने को P वेक्टर, Q वेक्टर, इस तरह सेम ऑर्डर दे बैठे सिगे, ते जिड़ा उन्होंने रिजल्टेंट सिगा, वो की सिगा, ऑपोजिट ऑर्डर दे बैठे, R, इस वहाँ पर फिर O, A कहता, ठीक है, उस तो बाद इन्हों B का नाम दे रहा गया अपन, ते सिंपल की करना देखो कैलकुलेशन करना तेरे, अपन फिर एक तो परपेंडिकुलर ड्रॉ करेंगे, इसनों सीधा नेम देता आप परपेंडिकुलर हो गया अपने को आ उसी तरह थीटा आ वाला एंगल कितना अल्फा ठीक है फिर अपने को देखो बन गई ट्रायंगल ओ बी सी ठीक है फिर उधर से पाइथागोरस अप्लाई करोगे फिर कैलकुलेशन करने के लिए ए बी सी ट्रायंगल तो अपन कैलकुलेट कर लेंगे ए आ सारी वैल्यूज ठीक है सिर्फ डायग्राम का फर्क है कैलकुलेशन दोनों की सेम है ठीक है इसका अपने को रिजल्टेंट पॉइंट करना कि किस तरह अपन इधर रिजल्टेंट पॉइंट कर दें हूँ नेक्स्ट की अपने को इस रिजल्टेंट की डायरेक्शन पॉइंट करनी ठीक है और डायरेक्शन भी दोनों के केस दे विच सेम होगी कि कितना अपन डायरेक्शन पॉइंट करते हैं किसी भी रिजल्टेंट की ओदे लिए भी सिंपल आप फॉर्मूला यूज करेंगे रिजल्टेंट पॉइंट कर लगे हैं आप ठीक है इसकी डायरेक्शन पॉइंट कर देंगे ठीक है कि रिजल्टेंट की डायरेक्शन इस तरह होगी ओदे लिए अपन यूज करेंगे tan अल्फा आ सारी ट्रायंगल फ्रॉम ट्रायंगल केडी ओ बी सी ओ भी ट्रायंगल अपन कंसीडर करने लग गए फ्रॉम ट्रायंगल ओ बी सी tan की हुंदा वा परपेंडिकुलर ओवर बेस ठीक है परपेंडिकुलर ओवर बेस परपेंडिकुलर कितना बी सी बेस कितना वा उसी तरह ओ सी ओसी नो आपा की लिखा सीगा बीसी ओसी नो टू पार्ट से डिवाइड करता सी ओए प्लस एसी ठीक है आप बन कर वैल्यू पुट कर दो सारे दी वैल्यू अपन नो पता टेन अल्फा इक्वल टू बीसी कितना अपने को देखो बीसी कितना अपने को क्यों साइन थीटा साइन थीटा ओए कितना मा ओ ए दी वैल्यू कितनी है p वेक्टर प्लस ac कितना वो भी अपन कैलकुलेट किया कितना है ac q cos थीटा
जी अपने को वैल्यू आ गई है रिजल्टेंट की, दोनों का सेम ही होगा। इसे तरह पैरलोग्राम ला के अप्लाई कर देंगे, तो इसे तरह यदि कैलकुलेशन आप इस फॉर्मूले कर ली। ठीक है, ये दो फॉर्मूले अपने को बन गए। ठीक है, रिजल्टेंट दे अपने को रिजल्टेंट का यह किया डायरेक्शन फाइंड करना। हुण आप करने दोवां दे स्पैशल केस। ठीक है, स्पैशल केस करन लगे आप दोवां दे, उहदे लई आप दोवें फॉर्मूले यूज करने आ। रिजल्टेंट की हुंदा वा आर सीगा अपने को इक्वल टू पी स्केयर क्यू स्केयर प्लस टू पी क्यू कोस थीटा, इहदा सारे दा अंडर रूट। ये दोवां फॉर्मूले दे विच आप की करने आ हुण स्पेशल केस करने हैं, मतलब ये एंगल चेंज हो जाए। ठीक है, अपने को देखो सपोज कर लो अपन इस तरह दो अलग अलग एंगल दिते हुए हैं, आ पी वैक्टर सीगा आ किन्ना वा क्यू वैक्टर, चाहे ट्रेंगल आ चाहे पैरलोग्राम आ, एक तो आप वैक्टर ड्रॉ किया सीगा परपेंडिकुलर, आ एंगल किन्ना सीगा थीटा। और देखो की अपने को if first case if theta equal to 0, जे आ वाला theta कितना हो जाए 0 degree, फिर जेड़ा resultant सिगा जेड़ा मैं इसको draw किया सिगा आ वाला resultant alpha, इधी direction की होगी। ठीक है, जब theta 0, theta 0 कब होगा जब तो अपने को vector आ जेड़े इस form दे रहे चाइना, और जेड़ा ना ना resultant है वो भी की होगा, आप देख दें यार alpha की value कितनी होगी। सिंपल आप की करना ये वैल्यू पुट करनी है, टेन अल्फा इक्वल टू क्यू साइन जीरो ओवर पी प्लस क्यू कॉस जीरो। साइन जीरो कि जीरो, कॉस जीरो वन हों, साइन जीरो डिग्री कि जीरो, जीरो डिवाइड बाय पी प्लस क्यू, जीरो कि डिवाइड कर दो आंसर कि जीरो। ਇਹਦਾ ਮਤਲਬ tan ਅਲਫਾ ਕਿੰਨਾ ਆ ਗਿਆ ਆਪਣੇ ਕੋਲ 0, tan ਥੀਟਾ 0 ਕਦੋਂ ਹੁੰਦਾ 0 ਡਿਗਰੀ ਦੇ ਉੱਤੇ, ਇਹਦਾ ਮਤਲਬ ਅਲਫਾ ਕਿੰਨਾ ਆ ਗਿਆ ਆਪਣੇ ਕੋਲ 0। ਠੀਕ ਹੈ, ਮਤਲਬ ਜਿਹੜਾ ਰਿਜ਼ਲਟੈਂਟ ਆ ਉਹ ਵੀ ਕੀ ਹੋ ਜਾਊਗਾ ਇਹਨਾਂ ਦੋਵਾਂ ਦੀ ਡਾਇਰੈਕਸ਼ਨ ਦੇ ਅਲੋਂਗ ਹੀ ਹੋ ਜਾਊਗਾ ਇਸ ਤਰ੍ਹਾਂ। ਠੀਕ ਹੈ, ਰਿਜ਼ਲਟੈਂਟ ਵੀ ਇਹਦੇ ਉੱਪਰ ਹੀ ਲਾਈ ਕਰੂਗਾ। ਸੈਕਿੰਡ ਆਪਣੇ ਕੋਲ ਕੀ ਆ ਕਿ ਜਦੋਂ ਦੋਵੇਂ ਪਰਪੈਂਡੀਕੁਲਰ ਹੋ ਜਾਣ, ਪਹਿਲਾਂ ਐਂਗਲ ਥੀਟਾ ਸੀ ਨਾ ਉਹਦਾ, ਇਹ ਜੇ ਥੀਟਾ ਕਿੰਨਾ ਹੋ ਜਾਏ 90 ਡਿਗਰੀ ਜਦੋਂ ਆਪਣੇ ਕੋਲ ਇਸ ਫਾਰਮ ਦੇ ਵਿੱਚ ਆ ਜਾਏ। ਠੀਕ ਆ, ਵੈਕਟਰ ਉਸ ਵੇਲੇ ਉਹਨਾਂ ਦਾ ਰਿਜ਼ਲਟੈਂਟ ਕੀ ਹੋਊਗਾ, ਸਿੰਪਲ ਕੀ ਕਰਨਾ ਇੱਥੇ 90 ਡਿਗਰੀ ਸਾਈਨ 90 ਕੋਸ 90, ਸਾਈਨ ਕੋਸ ਸਾਈਨ 90 ਕਿੰਨਾ ਹੁੰਦਾ ਵਾ 1 ਕਿਊ ਇਨਟੂ 1। ਠੀਕ ਆ, ਸਾਈਨ 90 1 ਹੁੰਦਾ ਵਾ, ਸਾਈਨ 0 0 ਹੁੰਦਾ, ਪੀ प्लस कॉस 90 होना की होगा 0, क्यू इनटू 0 0 कितना बन गया अपने को टेन अल्फा इक्वल टू क्यू बाय पी आ गया अपने को, अल्फा इक्वल टू दूजी साइड जाके इनवर्स बन जू टेन इनवर्स क्यू बाय पी। ठीक है, ये अपने को एदे विच अल्फा दी वैल्यू आ जूगी। ठीक है, हम एक लास्ट केस रह गया अपने को इफ थीटा इज इक्वल टू 180 डिग्री, हम ये थीटा अपने को 180 हो जाए केस तरह देखो 180 कब होगा जब दोनों की डायरेक्शन की है ऑपोजिट इस तरह, आ वाला एंगल कितना हो गया हम अपने को 180, थीटा जेड़ा सीगा कितना हो गया 180 डिग्री। मतलब जे अपने को इस तरह की फॉर्म के वैक्टर गिवन है उस वे रिजल्टेंट की डायरेक्शन की होगी वह फाइंड करनी आप। देखो कि 180 पुट कर दो, 180 पुट कर दो कि बन जूगा अपने को साइन 180 0 हों, 0 डिवाइड बाय समथिंग की बन जूगा अपने को फिर कि गया 0, यदा मतलब हम अपने को फिर की बन गया टैन अल्फा 0, अल्फा टैन थीटा कदों 0 होंगे 0 तो भी तो 180 से भी, हम अपने को टू पॉसिबिलिटीज आ गया 0 डिग्री और 180 डिग्री, तो जो टैन आ वो 0 होंगे। ठीक है,
मतलब अल्फा इक्वल टू कितना होना चाहिए था? 0 या 180। और अपन के में पता लगू 0 का दवा थे 180 का दवा, ठीक है? वो सिंपल है अपने को, इफ पी ग्रेटर देन क्यू, ठीक है? आ देखो अपा जी डायग्राम पहला ड्रॉ की सी, आ वैक्टर पी सीगा, ठीक है, ते आ वाला किड़ा सीगा क्यू वैक्टर सीगा, ठीक है? ट्रायंगल ला दे विच ते पैरेललोग्राम दे ला दे विच की हो जूगी इस तरह, ठीक है? हुण देखो अपा इहनूं इहदे नाल ही सॉल्व करदे आ कि जदों पी ग्रेटर हो जांदा क्यू दे नाल उस वेले अपने कोल आ जिहड़ा रिजल्टेंट आ, ठीक है, अल्फा सीगा जिहड़ा उहदी वैल्यू कितनी होगी, ठीक है? वह जीरो कदों होगा तो 180 कदों होगा, मतलब आ जो थीटा अपने को कितना वा 0 या 180। हम देखो कि पॉसिबिलिटी जो पी की वैल्यू क्यू दे नालों ज्यादा होगा, ठीक है? इस तरह देखो समझो पी क्यू एंगल की है जो 0, 0 कदों होगा जे आ वाला पी वैक्टर क्यू दे नालों ग्रेटर होगा, ठीक है? इस तरह मैं दोनों वैक्टर ड्रॉ करते इस तरह आए समॉल करता ना जो पी ग्रेटर है क्यू दे नालों उस वे की होगा अपने को एंगल 0 डिग्री होगा रिजल्टेंट दे विच, जे अपने को क्यू की वैल्यू ज्यादा, ठीक है, तो पी की है समॉल, ठीक है? सैकेंड केस की अपने को इफ क्यू ग्रेटर दैन पी, उस केस दे विच अपने को अल्फा जिहड़ा 180 डिग्री होगा, तो जे पी ग्रेटर है क्यों ना उस वे अल्फा कितना होगा 0 डिग्री, ठीक है? ये सीगे क्वेश्चन दे स्पेशल केस, ट्रायंगल वाले भी यही है तो पैरेललोग्राम लई भी यही है, ठीक है? थ्री केस कीते आपां स्पेशल केस दे कि 0 डिग्री ते अल्फा दी वैल्यू कितनी होगी 90 ते कितनी होगी ते 180 डिग्री दे, ठीक है? ये सीगा अपने अज दा टॉपिक ट्रायंगुलर पैरेललोग्राम उहदी डेफिनेशन कैलकुलेशन कीती आपां रिजल्टेंट दे लई ते आपां उहदे स्पेशल केस भी डिस्कस कीते। थैंक्स।